ਸਤਿਗੁਰ ਦੋਸਤੋ, ਕੀ ਹਾਲ ਚਾਲ ਆ? ਅੱਜ ਤੁਹਾਨੂੰ ਇੱਕ ਦਿਖਾਉਣ ਜਾ ਰਹੇ ਹਾਂ ਨਵਾਂ ਵਲੌਗ। ਉਹਦੇ ਵਿੱਚ ਦੋਸਤੋ ਅਸੀਂ ਬਣਾ ਰਹੇ ਹਾਂ ਕੋਲਡ ਕੌਫੀ ਐਟ ਹੋਮ। ਹੋਮ 'ਤੇ ਨਹੀਂ, ਅਸੀਂ ਦੁਕਾਨ 'ਤੇ, ਇਸ ਕਰਕੇ ਅਸੀਂ ਦੁਕਾਨ 'ਤੇ ਕੌਫੀ ਬਣਾ ਰਹੇ ਹਾਂ। ਉਹਦੇ ਲਈ ਤੁਹਾਨੂੰ ਚਾਹੀਦੀ ਆ ਇੱਕ ਸ਼ੂਗਰ ਕਿਊਬਸ, ਜਾਂ ਘਰ ਜਿਹੜੀ ਵੀ ਖੰਡ ਹੈਗੀ ਤੁਸੀਂ ਪਾ ਸਕਦੇ ਹੋ। ਮੇਰੇ ਕੋਲ ਸ਼ੂਗਰ ਕਿਊਬ, ਇਸ ਕਰਕੇ ਮੈਂ ਸ਼ੂਗਰ ਕਿਊਬ ਪਾ ਲਈ, ਅਤੇ ਨਾਲ ਕੌਫੀ ਦੇ ਪਾਊਚ। ਅਤੇ ਇਹਨਾਂ ਨੂੰ ਅਸੀਂ ਇੱਕ ਬੋਤਲ ਵਿੱਚ ਮਿਕਸ ਕਰ ਲਿਆ, ਇੱਕ ਪਾਊਚ ਅਤੇ ਇੱਕ ਜਿਸ ਹਿਸਾਬ ਨਾਲ ਤੁਸੀਂ ਸ਼ੂਗਰ ਪਾਣੀ ਉਹ ਪਾ ਲਈ ਹੈ। ਅਤੇ ਇਹ ਆਪੂ ਭਾਅ ਜੀ ਪਿੱਛੇ ਦੇਖੋ ਹਿਲਾ ਰਹੇ ਆ ਬੋਤਲ, ਦਿਖਾਓ ਥੋੜ੍ਹੀ ਜਿਹੀ, ਦਿਖਾਓ ਇਹ ਦੇਖੋ ਹਿਲਾ ਹਿਲਾ ਕੇ ਨਾ, ਪੰਜ ਦੋ ਚਾਰ ਮਿੰਟ ਹਿਲਾਉਣੀ ਆ ਬਸ। ਦੇਖੋ ਕਲਰ ਚੇਂਜ ਹੋ ਗਿਆ ਇਹ 'ਚ, ਅਤੇ ਝੱਗ ਵਗੈਰਾ ਬਣ ਗਈ ਹੈ। ਅਤੇ ਹੁਣ ਅਸੀਂ ਇਸ ਨੂੰ ਪਾਵਾਂਗੇ ਆਪਣੇ ਗਲਾਸਾਂ ਦੇ ਵਿੱਚ, ਅਤੇ ਥੋੜ੍ਹਾ ਜਿਹਾ ਪਾਵਾਂਗੇ, ਉਸ ਤੋਂ ਬਾਅਦ ਮਿਕਸ ਕਰਾਂਗੇ ਦੁੱਧ। ਗਲਾਸ ਚੈੱਕ ਕਰੋ, ਬਿੱਗ ਗਲਾਸ ਹੈ। ਅਤੇ ਹੁਣ ਪਾਉਣਾ ਦੁੱਧ। ਅਤੇ ਅਗਰ ਤੁਹਾਨੂੰ ਮਿਨੀ ਵਲੌਗ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ, ਤੁਹਾਨੂੰ ਪੂਰੀ ਵੀਡੀਓ ਦਿਖਾਉਂਦੇ ਹਾਂ ਜੀ। ਚਲੋ ਜਨਾਬ ਪਾਓ, ਇਹ ਦੇਖੋ ਦੋਸਤੋ, ਇਹਦੇ ਕਿਆ ਕਰੀਮੀ ਲੁੱਕ ਆ ਰਿਹਾ। ਸਾਰੀ ਪਾ ਦਿਓ ਸਾਰੀ, ਤੁਸੀਂ ਦੇਖ ਸਕਦੇ ਹੋ ਦੋਸਤੋ। ਇਹ ਦੇਖੋ ਜ਼ੂਮ ਕਰਕੇ ਸਾਰਾ ਇਹ 'ਚ ਤੁਸੀਂ ਪਲਟ ਲੈਣਾ। ਇਹ ਮੈਂ ਦੋ ਗਲਾਸਾਂ ਦੀ ਬਣਾਈ ਹੈ ਵੈਸੇ। ਅਤੇ ਦੋਸਤੋ ਇਹ ਅਸੀਂ ਬਣਾਈ ਹੈ ਦੋ ਗਲਾਸਾਂ ਦੀ, ਜੋ ਵੀ ਬੈਟਰ ਹੈਗਾ। ਹੁਣ ਇਹਦੇ ਵਿੱਚ ਅਸੀਂ ਮਿਕਸ ਕਰਾਂਗੇ ਦੁੱਧ। ਦੁੱਧ ਅਗਰ ਤੁਹਾਡੇ ਕੋਲ ਘਰ 'ਚ ਹੈਗਾ ਤਾਂ ਤੁਸੀਂ ਉਹ ਪਾ ਸਕਦੇ ਹੋ, ਪਰ ਅਸੀਂ ਬਾਜ਼ਾਰੋਂ ਦੀ ਲੈ ਗਏ ਹਾਂ ਅਮੂਲ ਦੁੱਧ। ਤਾਂ ਪਾਣੀ ਥੋੜ੍ਹਾ ਜਿਹਾ ਮਿਕਸ ਕਰ ਲਓ ਇਹ 'ਚ, ਅਤੇ ਸਾਰਾ ਹੀ ਇਹ 'ਚ ਪਲਟ ਲਓ। ਬਸ ਬਸ ਹੋ ਗਿਆ ਹੋ ਗਿਆ, ਪਾ ਦਿਓ ਪਾ ਦਿਓ। ਇਹ ਹੁਣ ਹੋ ਗਿਆ ਸਾਡਾ ਕੌਫੀ, ਕੋਲਡ ਕੌਫੀ ਲਈ ਸਮਾਨ ਤਿਆਰ। ਅਤੇ ਦੋਸਤੋ ਹੁਣ ਮੈਂ ਇਹ 'ਚ ਪਾ ਲਾਂਗਾ ਥੋੜ੍ਹਾ ਜਿਹਾ ਦੁੱਧ ਜਿਹੜਾ ਹੈਗਾ ਉਹ ਪਾ ਲਾਂਗਾ। ਤੁਹਾਡੇ ਸਾਹਮਣੇ ਬਣ ਗਈ ਹੈ ਕੋਲਡ ਕੌਫੀ। ਉਹ ਦੁੱਧ ਥੋੜ੍ਹਾ ਜਿਹਾ ਲੀਕ ਕਰ ਰਿਹਾ, ਪਹਿਲੇ ਦੁੱਧ 'ਚ ਵੀ ਮਿਕਸ ਕਰ ਲੈਂਦੇ ਥੋੜ੍ਹਾ ਜਿਹਾ, ਤਾਂ ਕਿ ਐਂਡ ਆਈਟਮ ਬਣ ਜਾਵੇ। ਦੁੱਧ 'ਚ ਬਰਫ ਜੰਮ ਗਈ ਹੈ। ਅਤੇ ਇਹ ਹੈਗੇ ਸਾਡੇ ਆਈਸਕ੍ਰੀਮ। ਅਤੇ ਹੁਣ ਇਹਨਾਂ ਨੂੰ ਹਿਲਾਉਣ ਲਈ ਸਾਡੇ ਕੋਲ ਕਿਹਾ ਹੈਗਾ ਅਤੇ ਸਪੋਨ ਗੇਅਰ, ਪਹਿਲੇ ਥੋੜ੍ਹਾ ਜਿਹਾ ਹਿਲਾ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਮਿਕਸ ਕਰ ਲੈਂਦੇ ਦੁੱਧ ਨੂੰ। ਮਿਕਸ ਕਰਨ ਲਈ ਦੋਸਤੋ ਦੁੱਧ ਸਾਡੇ ਕੋਲ ਆਲਰੇਡੀ ਭਰ ਗਿਆ, ਇਹਨਾਂ 'ਚ ਪਾ ਲੈਂਦੇ ਹਾਂ। ਕਿਉਂਕਿ ਮਿਕਸ ਕਰਨ ਲਈ ਕੋਈ ਗਲਾਸ ਵਗੈਰਾ ਬਾਲਟੀ ਇੱਧਰ ਡੂੰਘਾ ਨਹੀਂ ਹੈਗਾ, ਇਸ ਲਈ ਐਵੇਂ ਹੀ ਕਰਨਾ ਆਪਣਾ ਮਿਕਸ। ਵਧੀਆ ਮਿਕਸ ਸਮਝ ਲਓ ਆਪਸ 'ਚ, ਹੁਣ ਹੋਇਆ ਮਿਕਸ ਸਹੀ। ਜਿਹੜੀ ਵਿੱਚ ਆਈਸ ਕਿਊਬ ਪਾਏ ਜਾਣਾ ਉਹਨਾਂ ਦਾ ਇਸ਼ਕ ਹੋਰ ਬਣ ਜਾਣਾ ਥੋੜ੍ਹਾ ਜਿਹਾ। ਤਿੰਨ ਗਲਾਸ, ਤਿੰਨ ਕੌਫੀਆਂ ਪਾਈਆਂ ਤਿੰਨ ਗਲਾਸਾਂ ਲਈ, ਆਲਰੇਡੀ ਵੈਸੇ ਮਿਕਸ ਹੋ ਗਿਆ ਕਾਫੀ ਹੱਦ ਤੱਕ, ਫਿਰ ਵੀ ਮੈਂ ਚੰਗੀ ਤਰ੍ਹਾਂ ਕਰ ਲੈਂਦਾ। ਅਤੇ ਦੋਸਤੋ ਰੱਖੋ, ਤੁਸੀਂ ਵੀ ਆਪਣੇ ਘਰ ਬਣਾਓ ਕੋਲਡ ਕੌਫੀ ਅਤੇ ਲਓ ਨਜ਼ਾਰਾ। ਅੱਜ ਜ਼ਿਆਦਾ ਨਜ਼ਾਰਾ ਆਇਆ। ਸਭ ਤੋਂ ਸੌਖਾ ਤਰੀਕਾ ਸਟਾਰਬਕਸ ਜਾਣ ਤੋਂ ਘਰ ਹੀ ਇਹ ਚੀਜ਼ਾਂ ਬਣਾ ਲਓ, ਅਤੇ ਜ਼ਰੂਰੀ 500 ਰੁਪਏ ਦੀ ਕੌਫੀਆਂ ਪੀਣੀਆਂ। ਆਹ ਟੇਸਟ ਦੱਸੋ ਕਿੱਦਾਂ ਆ ਰਿਹਾ,
ਤੇ ਦੋਸਤੋ ਜੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਥੈਂਕ ਯੂ।